जिस दिन 26 जुलाई नूं कारगिल डे सी उस दिन भी मैं गल बोली सी पुष्पा जी नीचे ते मैं मेंबर पार्लीमेंट दे तौर ते भी मैं गल उठाउंदा रहा कि जो फौज दे विच जिहड़ी शहीदी हुंदी है ਉਹ ਸਿਰਫ ਜੰਗੀ ਸ਼ਹੀਦ ਨੂੰ ਹੀ ਸ਼ਹੀਦ ਮੰਨਦੇ ਨੇ ਗੁਰਵਿੰਦਰ ਮਾਈਕ ਨੇ ਦਿੱਤਾ ਜੇ 10 ਸਾਡੇ ਫੌਜੀ ਜਵਾਨ ਕਾਰਗਿਲ ਦੀ ਬਰਫ਼ ਦੇ ਉੱਤੇ ਗਸ਼ਤ ਕਰ ਰਹੇ ਨੇ ਬਰਫ਼ ਦਾ ਤੂਫਾਨ ਆ ਗਿਆ ਬਰਫ਼ ਦੇ ਤੋਂਦੇ ਜਿਹੜੇ ਡਿੱਗ ਪਏ ਜਵਾਨ ਥੱਲੇ ਦੱਬ ਗਏ 7 ਦੀ ਮੌਤ ਹੋ ਗਈ ਸ਼ਹੀਦ ਹੋ ਗਏ 3 ਬਚ ਗਏ ਤੇ ਉਹਨਾਂ 7 ਨੂੰ ਫੌਜ ਜਿਹੜੀ ਹੈ ਉਹ ਸ਼ਹੀਦ ਕਰ ਮੇਰਾ ਤਰਕ ਇਹ ਹੈ ਕਿਉਂ ਨਹੀਂ ਮੰਨਦੇ ਉਹ ਕਿਹੜਾ ਉੱਥੇ ਪਿਕਨਿਕ ਬਣਾਉਣ ਗਏ ਸੀ ਕਰਦੇ ਤਾਂ ਗਸ਼ਤ ਉਹ ਦੇਸ਼ ਵਾਸਤੇ ਹੀ ਸੀ ਐਕਸੀਡੈਂਟ ਹੋਇਆ ਪਿੱਛੇ ਜੇ ਇੱਕ ਟਰੱਕ ਡਿੱਗਿਆ ਸਾਡੇ ਪੰਜਾਬ ਦੇ ਮੁੰਡੇ ਮਾਰ ਗਏ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਸਾਡੇ ਪਿੰਡ ਦੇ 2 ਮੁੰਡੇ ਆਪਣੇ ਚਾਚੇ ਤਾਇਆਂ ਦੇ ਮੁੰਡੇ ਸੀ ਇੱਕ ਬਰਫ਼ ਦੇ ਤੋਂਦੇ ਦੇ ਥੱਲੇ ਆ ਗਈ ਸੀ ਇੱਕ ਦੀ ਸੂਰਤਗੜ੍ਹ ਬੈਕਫਾਇਰ ਕਰ ਗਈ ਸੀ ਤੋਪ ਜੋ ਪਰ ਪੰਜਾਬ ਸਰਕਾਰ ਵੱਲੋਂ ਜਿਹੜੀ ਨੀਤੀ ਬਣਾਈ ਗਈ ਹੈ ਕਿ 1 ਕਰੋੜ ਦੀ ਸਨਮਾਨ ਰਾਸ਼ੀ ਅਸੀਂ ਤਾਂ ਚਾਹੇ ਹਾਰਟ ਅਟੈਕ ਹੋ ਗਿਆ ਉੱਥੇ -40 ਡਿਗਰੀ ਟੈਂਪਰੇਚਰ ਦੇ ਵਿੱਚ ਡਿਊਟੀ ਤਾਂ ਤੁਸੀਂ ਲਾਈ ਹੈ ਨਾ ਉਹਨਾਂ ਦੀ ਉੱਥੇ ਬ੍ਰੇਨ ਹੈਮਰੇਜ ਹੋ ਗਿਆ ਹਾਰਟ ਅਟੈਕ ਹੋ ਗਿਆ ਤਾਂ ਉਹਨੂੰ ਸ਼ਹੀਦ ਮੰਨਿਆ ਜਾਊਗਾ ਜੀ ਦੇਸ਼ ਵਾਸਤੇ ਗਿਆ ਸੀ ਨਾ ਉੱਥੇ ਉਹ ਜ਼ਰੂਰੀ ਥੋੜ੍ਹੀ ਹੈ ਕਿ ਦੁਸ਼ਮਣ ਦੀ ਗੋਲੀ ਨਾਲ ਹੀ ਮਰੇ ਇਹਦਾ ਮਤਲਬ ਮਾਪੇ ਇਹ ਅਰਦਾਸ ਕਰਿਆ ਕਰਨ ਕਿ ਸਾਡਾ ਪੁੱਤ ਜਿਹੜਾ ਉਹ ਪਾਕਿਸਤਾਨ ਦੀ ਗੋਲੀ ਨਾਲ ਮਰੇ ਤਾਂ ਸਾਨੂੰ ਕੁਝ ਮਿਲੂਗਾ ਸੋ ਬਹੁਤ ਹੀ ਗਲਤ ਰੀਤ ਹੈ ਇਹ ਖਾਸ ਤੌਰ 'ਤੇ ਹੁਣ ਜਿਹੜਾ ਅਗਨੀਵੀਰ ਹੈ ਅਗਨੀਵੀਰ ਦਾ ਅਸੀਂ ਵਿਰੋਧ ਕਰਦੇ ਰਹੇ ਹਾਂ ਕਿ ਤੁਸੀਂ ਕਿਵੇਂ 6 ਮਹੀਨੇ ਟ੍ਰੇਨਿੰਗ ਦਿਓਗੇ ਅਤੇ 3.5 ਸਾਲ ਉਹਨਾਂ ਦੀ ਨੌਕਰੀ ਹੈ 18 ਸਾਲ ਦੇ ਇਹਨੂੰ ਭਰਤੀ ਕਰੋਗੇ 22 ਸਾਲ ਦੇ ਰਿਟਾਇਰ ਹੋ ਕੇ ਆ ਜਾਣਗੇ ਨਾ ਕੋਈ ਪੈਨਸ਼ਨ ਨਾ ਕੋਈ ਭੱਤਾ ਹੈ ਅਤੇ ਜਿਸ ਤਰੀਕੇ ਨਾਲ ਫੌਜ ਨੇ ਅੰਮ੍ਰਿਤਪਾਲ ਸਿੰਘ ਸ਼ਹੀਦ ਦੇ ਨਾਲ ਕੀਤਾ ਕਿ ਲਾਸਟ ਜਿਹੜੀ ਉਹ ਪ੍ਰਾਈਵੇਟ ਪਰਿਵਾਰ ਨੂੰ ਦਿਆ ਹੈ ਫੌਜ ਕਹਿ ਰਹੀ ਹੈ ਸਾਡੇ ਰੀਤੀ ਰਿਵਾਜ ਮੁਤਾਬਕ ਇਹਨਾਂ ਨੂੰ ਗਾਰਡ ਆਫਰ ਆਨਰ ਨਹੀਂ ਬਣਦਾ ਕਿਉਂ ਬਣਦਾ ਜੀ ਜੋ ਤੁਸੀਂ ਵਰਦੀ ਪਵਾਤੀ ਦੇਸ਼ ਦੀ ਅਤੇ ਉਹ ਤਾਂ ਫਿਰ ਦੇਸ਼ ਦਾ ਸ਼ਹੀਦ ਹੋ ਗਿਆ ਨਾ ਪਰ ਪੰਜਾਬ ਸਰਕਾਰ ਦੀ ਨੀਤੀ 'ਚ ਕੋਈ ਫਰਕ ਨਹੀਂ ਕੱਲ੍ਹ ਨੂੰ ਮੈਂ ਜਾਊਂਗਾ ਪਹਿਲਾਂ ਮੈਂ ਉਹ ਛਾਜਲੀ ਦਾ ਮੁੰਡਾ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਸ਼ਹੀਦ ਹੋਇਆ ਉਹਦੇ ਘਰੇ ਜਾਊਂਗਾ ਫਿਰ ਉਸ ਤੋਂ ਬਾਅਦ ਅੰਮ੍ਰਿਤਪਾਲ ਦੇ ਘਰੇ ਜਾਊਂਗਾ 80 ਕਰੋੜ ਰੁਪਏ ਦੇ ਚੈੱਕ ਸਾਡੇ ਤਿਆਰ ਨੇ ਅਸੀਂ ਤਾਂ ਚਾਹੇ ਕੋਈ ਸਾਡਾ ਜਵਾਨ ਜਿਹੜਾ ਉਹ ਕਿਸੇ ਵੀ ਬਾਰਡਰ 'ਤੇ ਕਿਵੇਂ ਵੀ ਸ਼ਹੀਦ ਹੋਊਗਾ ਅਸੀਂ ਤਾਂ ਸ਼ਹੀਦ ਮੰਨਾਂਗੇ ਉਹਨੂੰ ਜੇ ਜਾਨ ਜਾਂਦੀ ਹੈ ਦੇਖੋ ਜਾਨ ਤਾਂ ਗਈ ਨਾ ਤੁਸੀਂ ਉਹਨਾਂ ਨੂੰ ਇਹ ਕਿਵੇਂ ਕਰਤਾ ਕਿ ਤੁਸੀਂ ਤਾਂ ਅਗਨੀਵੀਰ ਵਾਲੇ ਤੁਸੀਂ ਸ਼ਹੀਦ ਨਹੀਂ ਹੈਗੇ ਫਿਰ ਤੁਸੀਂ ਬੰਦੂਕਾਂ ਕਿਉਂ ਦਿੱਤੀਆਂ ਉਹਨਾਂ ਨੂੰ ਫਿਰ ਪਾਲਿਸੀ ਚੇਂਜ ਕਰਨ ਦੀ ਜ਼ਰੂਰਤ ਹੈ ਪਹਿਲੇ ਦਿਨੋਂ ਕਹਿ ਰਹੇ ਅਸੀਂ ਪਾਲਿਸੀ ਚੇਂਜ ਕਰੀਏ ਤੁਸੀਂ ਸ਼ਹੀਦੀ 'ਤੇ ਮਾਨ ਸਨਮਾਨ ਨਹੀਂ ਦੇ ਰਹੇ ਹੋਰ ਕਿਹੜੀ ਪਾਲਿਸੀ ਹੈ ਮਤਲਬ ਕਹਿੰਦੇ ਸਾਡਾ ਤਾਂ ਹੈ ਹੀ ਨਹੀਂ ਸੀ ਕੀ ਗੱਲ ਤੁਸੀਂ ਰੈਂਟ ਤੇ ਰੱਖਣ ਲੱਗੇ ਕੇਂਦਰ ਸਰਕਾਰ ਨੂੰ ਮਾਨ ਸਨਮਾਨ ਦੇ ਬਾਬਤ ਲਿਖ ਅਸੀਂ ਇਸ ਸਮੇਂ ਮੈਂ ਮਿਲੂੰਗਾ ਵੀ ਡਿਫੈਂਸ ਮਿਨਿਸਟਰ ਨੂੰ ਡਿਫੈਂਸ ਮਿਨਿਸਟਰ ਨੂੰ ਖੁਦ ਮਿਲੂੰਗਾ ਮੈਂ ਪਹਿਲਾਂ ਵੀ ਇਹ ਗੱਲ ਦਾ ਵਿਰੋਧ ਕਰਦਾ ਰਿਹਾ ਕਿ ਤੁਸੀਂ ਇਹ ਨਾ ਕਰੋ ਫੌਜ ਦੇ ਵਿੱਚ ਜਾਣਾ ਤਾਂ ਤੁਸੀਂ ਕਿਹਾ 4 ਸਾਲ ਲਈ ਆ ਜਾਓ ਹੈ ਜੀ 22 ਸਾਲ ਦੇ ਹੋ ਕੇ ਆ ਜਾਣਗੇ ਨਾ ਰਿਟਾਇਰਾਂ 'ਚ ਨਾ ਨਾ ਜਿਹੜੇ ਰੂਟੀਨ ਵਾਲਿਆਂ 'ਚ ਨਾ ਪੈਨਸ਼ਨ ਮਿਲ ਰਹੀ ਹੈ 22 ਸਾਲ ਦੇ ਆ ਕੇ ਕੀ ਕਰਨਗੇ ਉਹ ਸੋ ਇਹ ਨੀਤੀ ਬਦਲਣੀ ਚਾਹੀਦੀ ਹੈ ਫੌਜ ਦੇ ਵਿੱਚ ਜੋ ਜਵਾਨ ਦੀ ਸ਼ਹੀਦੀ ਹੋਈ ਹੈ ਉਹਨੂੰ ਸ਼ਹੀਦੀ ਦਾ ਦਰਜਾ ਪਲੱਸ ਉਹਦਾ ਜੋ ਅੰਤਮ ਸੰਸਕਾਰ ਦਾ ਮਾਨ ਸਨਮਾਨ ਹੈ ਮਿਲਣਾ ਚਾਹੀਦਾ ਹਾਲਾਂਕਿ ਮਾਨਸਾ ਪੁਲਿਸ ਵੱਲੋਂ ਗਾਰਡ ਆਫਰ ਦਿੱਤਾ ਗਿਆ ਪਰ ਫੌਜ ਨੂੰ ਮੈਂ ਫੌਜ ਦੇ ਅਫਸਰਾਂ ਕੋਲ ਵੀ ਇਤਰਾਜ਼ ਪ੍ਰਗਟਾਊਂਗਾ ਇਸ ਗੱਲ ਦਾ ਕਿ ਤੁਸੀਂ ਇੱਦਾਂ ਨਾ ਕਰੋ ਅਸੀਂ ਤਾਂ ਬਲਕਿ ਕੈਜੂਅਲਟੀ ਦਾ ਵੀ ਡਬਲ ਕਰਤਾ ਜੇ 26 ਤੋਂ 51% ਕੈਜੂਅਲਟੀ ਹੈ ਤਾਂ ਪਹਿਲਾਂ ਜਿਹੜੇ ਪੈਸੇ ਸੀਗੇ ਉਹ 15 ਲੱਖ ਮਿਲਦਾ ਸੀ 30 ਲੱਖ ਕਰ ਜਿਹੜਾ 51 ਤੋਂ 75 ਵਾਲਾ 20 ਮਿਲਦਾ ਸੀ 40 ਕਰਤਾ ਕਿਉਂਕਿ ਜੇ 75% ਕੈਜੂ ਹੋ ਗਈ ਇੰਜਰੀ ਜਿਹੜੀ ਹੋ ਗਈ ਤਾਂ ਡਿਸੇਬਲ ਜਿਹੜੇ ਹੋ ਗਏ ਤਾਂ ਫਿਰ ਉਹ ਕੀ ਕੰਮ ਕਰੂਗਾ 75% 40 ਲੱਖ ਰੁਪਇਆ ਸੀ ਉਹਨੂੰ ਪੰਜਾਬ ਸਰਕਾਰ ਵੱਲੋਂ ਸੀ ਕੀਤਾ ਸੋ ਪੰਜਾਬ ਸਰਕਾਰ ਦੀ ਨੀਤੀ ਨਹੀਂ ਬਦਲੂਗੀ ਫੌਜ ਆਪਦੀਆਂ ਨੀਤੀਆਂ ਜੋ ਮਰਜ਼ੀ ਰੱਖੇ ਪਰ ਇਹਦਾ ਸਖ਼ਤ ਵਿਰੋਧ ਕਰਾਂਗੇ ਕਿ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਨੇ ਪਰ ਤੁਸੀਂ ਸੇਵਾ ਵੀ ਤਾਂ ਰੈਂਟ 'ਤੇ ਲੈ ਰਹੇ ਹੋ ਫਿਰ ਕਿ ਤੁਹਾਨੂੰ 6 ਮਹੀਨੇ ਟ੍ਰੇਨਿੰਗ 3.5 ਸਾਲ 'ਤੇ ਨੌਕਰੀ ਕਰੋਗੇ ਰੈਂਟ 'ਤੇ ਮਤਲਬ ਰੱਖੀ ਹੋਈ ਹੈ ਪਹਿਲਾਂ ਮੈਂ ਅਧਿਆਪਕਾਂ 'ਚ ਸੁਣਿਆ ਸੀ ਕੱਚੇ ਅਧਿਆਪਕ ਠੇਕੇ 'ਤੇ ਰੱਖੇ ਹੋਏ ਮੁਲਾਜ਼ਮ ਆਊਟਸੋਰ ਇਹ ਹੁਣ ਫੌਜ 'ਚ ਵੀ ਹੋ ਗਿਆ ਜੀ ਕੱਚੇ ਫੌਜੀ ਜਾਂ ਠੇਕੇ 'ਤੇ ਰੱਖੇ ਹੋਏ ਫੌਜੀ ਇਹ ਗਲਤ ਰੀਤ ਹੈ ਬਹੁਤ ਗਲਤ ਰੀਤ ਹੈ ਪਰ ਮੈਂ ਸਲੂਟ ਕਰਦਾ ਅੰਮ੍ਰਿਤਪਾਲ ਨੂੰ
ਉੱਥੇ ਉਹਨਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ। ਸ਼ਹੀਦ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ, ਸ਼ਹੀਦ ਦੇਸ਼ ਦੇ ਹੁੰਦੇ ਨੇ, ਸ਼ਹੀਦ ਪਰਿਵਾਰ ਦੇ ਨਹੀਂ ਹੁੰਦੇ, ਸ਼ਹੀਦ ਦੇਸ਼ ਦੇ ਹੁੰਦੇ ਨੇ। ਅਸੀਂ ਦੇਸ਼ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਕੱਲ੍ਹ ਨੂੰ ਮੈਂ ਉਹਨਾਂ ਦੇ ਘਰ ਜਾ। ਸਿੰਘ ਸਾਹਿਬ, ਕਾਂਗਰਸੀ ਜਿਹੜੇ